यार मैं इहदा जवाब देण दा मोबाइल ओ यार बाइक बंद करो बेनती है ਤੁਸੀਂ ਭਾਵੇਂ 100 ਸਵਾਲ ਪੁੱਛ ਲਓ 150 ਵਾਰ ਪੁੱਛ ਲਓ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਤੁਸੀਂ ਵੀ ਬੁੜੇ ਹੋ ਜਾਓਗੇ ਕਿੰਨੇ ਸਾਲ ਤੇਰੀ ਉਮਰ ਹੈ 36 ਸਾਲ 40 ਸਾਲ ਬਾਅਦ ਸਵਾਲ ਪੁੱਛਣੀ ਸਵਾਲ ਤੇਰਾ ਆ ਹੀ ਰਹਿਣਾ ਜਵਾਬ ਮੇਰਾ ਆ ਹੀ ਰਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਕੋਈ ਲੱਗ ਨਹੀਂ ਕਰ ਸਕਦਾ ਮੈਂ ਉਹਦੇ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅੱਜ ਆਪਾਂ ਪੰਜਾਬ 'ਚ ਬੈਠੇ ਹਾਂ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਸਾਡਾ ਪੁਰਾਣਾ ਅੱਜ ਦਾ ਨਹੀਂ ਪੀੜ੍ਹੀਆਂ ਦਾ ਪੀੜ੍ਹੀਆਂ ਰਿਸ਼ਤਾ ਹੈ ਹਰਿਆਣੇ 'ਚ ਅਸੀਂ ਪਹਿਲੇ ਵੀ ਅਲੱਗ ਲੜਦੇ ਸੀ ਮੈਂ ਤੁਹਾਨੂੰ ਇਹ ਗੱਲ ਦੱਸਾਂ ਆਪਾਂ ਅੱਜ ਪੰਜਾਬ ਦੀ ਗੱਲ ਕਰੀਏ ਦੇਖੋ ਅੱਜ ਕਾਂਗਰਸ ਕੀ ਕਰੀ ਹੈ ਕੈਪਟਨ ਕੀ ਕਰ ਰਿਹਾ ਸਾਰੇ ਬੀ ਡੀ ਓ ਸਾਰੇ ਪੰਚਾਇਤ ਸੈਕਟਰੀ ਸਾਰੇ ਅਫਸਰਾਂ ਨੂੰ ਕਿਹਾ ਜਿੰਨੇ ਥਾਣੇਦਾਰ ਪੁਰਾਣੇ ਲੱਗੇ ਆ ਉਹਨਾਂ ਨੂੰ ਕਿਹਾ ਸਾਰਿਆਂ ਦੇ ਘਰ ਘਰ ਪੁਲਿਸ ਜਾ ਰਹੀ ਹੈ ਅਫਸਰ ਜਾ ਰਹੇ ਹੈ ਵੋਟਾਂ ਨੂੰ ਕਹਿਣ ਵਾਸਤੇ ਦਬਾਉਣ ਵਾਸਤੇ ਡਰਾਉਣ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਹ ਗੱਲ ਕੰਮ ਕਰ ਰਹੇ ਹੋ ਬਹੁਤ ਗਲਤ ਕਰ ਰਹੇ ਹੋ ਜੇ ਕਰੋਗੇ ਤੁਹਾਨੂੰ ਭੁਗਤਣਾ ਹੀ ਪਊਗਾ ਮੈਂ ਉਹਨਾਂ ਦੇ ਬਿਆਨ ਦਾ ਸਤਿਕਾਰ ਕਰਦਾ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਆਈ ਬੇਨਤੀ ਕੀਤੀ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਥੱਲੇ ਜਿੰਨੇ ਵੀ ਸਮਾਗਮ ਅੱਜ ਤੱਕ ਹੋਏ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਥੱਲੇ ਹੁੰਦੇ ਹੈ ਪਰ ਮੈਨੂੰ ਇੱਕ ਗੱਲ ਦਾ ਦੁੱਖ ਲੱਗਦਾ ਹੈ ਕੈਪਟਨ ਸਾਹਿਬ ਦੇ ਮੰਤਰੀ ਕੁਛ ਕਹਿੰਦੇ ਹੈ ਅਤੇ ਕੱਲ੍ਹ ਜਦੋਂ ਮੰਤਰੀ ਬਿਆਨ ਦਿੱਤਾ ਉੱਥੇ ਜਾ ਕੇ ਉਹਨਾਂ ਨੇ ਕੁਛ ਕਿਹਾ ਉਸੇ 2 ਘੰਟੇ ਬਾਅਦ ਕੈਪਟਨ ਸਾਹਿਬ ਨੇ ਇਲੈਕਟ੍ਰੋਨਿਕ ਮੀਡੀਆ ਨੂੰ ਜਿਹੜਾ ਤੁਸੀਂ ਦੇਖਿਆ ਹੋਣਾ TV 18 'ਤੇ 2-3 ਚੈਨਲਾਂ 'ਚ ਮੈਂ ਦੇਖਿਆ ਉੱਥੇ ਉਹਨੇ ਸਪਸ਼ਟ ਕੀਤਾ ਕਿ ਮੈਂ ਸਪਸ਼ਟ ਕਰਦਾ ਕਿ ਗੁਰੂ ਘਰ ਦੇ ਅੰਦਰ ਜੋ ਮਰਜ਼ੀ SGPC ਕਰ ਲਏ ਬਾਹਰ ਕੰਮ ਅਸੀਂ ਕਰਾਂਗੇ ਮੈਂ ਬੇਨਤੀ ਕਰਾਂ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਤੁਸੀਂ ਸਰਪੋਚ ਮੰਨਦੇ ਹੋ ਫਿਰ ਕੰਡੀਸ਼ਨ ਨਹੀਂ ਲਾਉਣੀ ਚਾਹੀਦੀ ਛੱਡ ਦਿਓ ਮੈਂ ਤਾਂ ਕਹਿੰਦਾ ਉਹਨਾਂ ਨੂੰ ਕਹਿਣਾ ਉਹਨੂੰ ਛੱਡ ਦੇਣਾ ਚਾਹੀਦਾ ਬੋਲਣਾ ਤੁਹਾਡੇ ਸਾਹਮਣੇ ਹੈ ਕਿ ਆਹ ਜੋ ਕਰ ਰਿਹਾ ਹੈ ਮੈਂ ਉਹਨਾਂ ਨੂੰ ਫਿਰ ਤੋਂ ਬੇਨਤੀ ਕਰਦਾ ਸਿੱਖ ਸੰਗਤਾਂ ਸਾਰੀ ਸੰਗਤ ਚਾਹੁੰਦੀ ਹੈ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਛੱਡੇ ਕਿਉਂ ਤੁਸੀਂ ਕਹਿੰਦੇ ਹੋ ਕਹਿੰਦੇ ਕੁਛ ਹੋ ਕਰਦੇ ਕੁਛ ਹੋ ਆਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਯਾਰ ਮੈਂ ਤੁਹਾਨੂੰ ਮੈਂ ਆਹੀ ਬੇਨਤੀ ਕਰਨਾ ਚਾਹੁੰਦਾ ਆਹ ਸਮੁੱਚੇ ਕਰੇ ਗੁਰੂ ਨਾਨਕ ਨਾਮ ਲੈਵਾ ਸਾਰੇ ਧਰਮਾਂ ਸਾਰੇ ਧਰਮ ਮੰਨਦੇ ਆ ਅਤੇ ਸਾਰੇ ਧਰਮ ਮੈਂ ਜੇ ਗੁਰੂ ਨਾਨਕ ਸਾਹਿਬ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਸੀ ਇੱਕ ਪਰਮਾਤਮਾ ਦਾ ਸੰਦੇਸ਼ ਦਿੱਤਾ ਸੀ ਸੋ ਅੱਜ ਆਪਾਂ ਮਨਾ ਰਹੇ ਹਾਂ ਹੁਣ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਨਗਰ ਕੀਰਤਨ ਜਾਂ ਪੂਰਾ ਦੇਸ਼ 'ਚ ਇੰਟਰਨੈਸ਼ਨਲ ਨਗਰ ਕੀਰਤਨ ਜਾ ਰਿਹਾ ਸਾਰੇ ਧਰਮਾਂ ਦੇ ਲੋਕ ਸਾਰੇ ਪਾਰਟੀਆਂ ਕੋਈ ਮਰਜ਼ੀ ਪਾਰਟੀ ਨਾਲ ਸੰਬੰਧ ਸਾਰੇ ਮੁੱਖ ਮੰਤਰੀ ਕਿਹੜੀ ਉਹ ਆਪ ਆ ਰਹੇ ਸੰਬੰਧ ਤੋ ਇਸ ਕਰਕੇ ਮੈਂ ਮੈਂ ਇੰਨਾ ਕਹਿਣਾ ਚਾਹੁੰਦਾ ਦੇਖੋ ਉਹ ਕੰਪੇਅਰ ਕਰਦੇ ਹੈ ਜਿਹੜੇ ਸਿੱਖ ਕੈਦੀਆਂ ਨੂੰ ਉਹਨਾਂ ਰਿਹਾ ਕੀਤਾ ਕੋਈ ਕੰਪੇਅਰ ਕਰ ਨਹੀਂ ਸਕਦਾ ਉਹ ਲੋਕ ਹੈ ਜਿਨ੍ਹਾਂ ਨੇ ਆਪਣੇ ਸੈਂਟੈਂਸ ਪੂਰੀ ਕਰ ਲਈ ਕੋਈ ਦੁਨੀਆ ਦਾ ਕਾਨੂੰਨ ਨਹੀਂ ਹੈ ਜੇ ਕੋਰਟ 25 ਸਾਲ ਦੇਲ ਦਿੰਦੀ ਹੈ 25 ਸਾਲ ਤੋਂ ਇੱਕ ਦਿਨ ਵੀ ਰੱਖਣਾ ਗਲਤ ਹੈ ਆ ਉਹ ਲੋਕ ਹੈ ਜਿਹੜੇ 25 ਸਾਲ ਦੀ ਜਗ੍ਹਾ 30 ਸਾਲ ਕਰੀ ਬੈਠੇ ਆ 35 ਸਾਲ ਕਰੀ ਬੈਠੇ ਆ ਜਿਹੜੇ ਪੁਲਿਸ ਵਾਲੇ ਆ ਉਹ ਵਰਦੀ ਦੇ ਵਿੱਚ ਉਹਨਾਂ ਨੇ ਹਿਊਮਨ ਰਾਈਟਸ ਵਾਇਲੇਸ਼ਨ ਕੀਤੀਆਂ ਕਿਸੇ ਨੇ ਇੱਕ ਦਿਨ ਕੱਟਿਆ ਕਿਸੇ ਨੇ ਕੱਟਿਆ ਵੀ ਨਹੀਂ ਸਜ਼ਾ ਅਤੇ ਫਿਰ ਫਰਕ ਹੈ ਨਾ ਸਜ਼ਾ ਤਾਂ ਕੱਟਣੀ ਫਨੀ ਮੇਰੀ ਬੇਨਤੀ ਹੈ ਸਜ਼ਾ ਤੁਸੀਂ ਮਾਫ਼ ਕਰਦੇ ਹੋ ਐਂ ਰਿਟੈਲੀਏਟ ਐਂ ਨਹੀਂ ਹੋਣਾ ਚਾਹੀਦਾ ਜਿਹਨੇ ਵਾਇਲੇਸ਼ਨ ਕੀਤੀ ਹੈ ਵਰਦੀ 'ਚ ਬਹਿ ਕੇ ਜੇ ਮੈਂ ਤੁਹਾਨੂੰ ਮਾਰਦਾ ਇਹਦਾ ਮਤਲਬ ਮੈਨੂੰ ਬਾਹਰ ਮਾਫ਼ ਕਰ ਦਿਓ ਘੱਟ ਤੋਂ ਸਜ਼ਾ ਤਾਂ ਪੂਰੀ ਕਰੋ ਅਸੀਂ ਪਹਿਲੇ ਜਿਹੜੇ ਸਜ਼ਾ ਮਾਫ਼ ਹੋਈ ਹੈ ਬੀਜੇਪੀ ਮੋਦੀ ਸਾਹਿਬ ਨੇ ਕੀਤੀ ਹੈ ਸਾਰਿਆਂ ਨੇ ਆਪਣੀ ਸਜ਼ਾ ਕੱਟ ਲਈ ਹੈ ਇਸ ਮਾਮਲੇ 'ਚ ਪੰਜਾਬ ਦੀ ਕਾਂਗਰਸ ਗਵਰਨਮੈਂਟ ਤੇ ਯੂਨੀਅਨ ਗਵਰਨਮੈਂਟ ਲੈਡ ਬਾਈ ਬੀਜੇਪੀ ਅਪੀਅਰ ਟੂ ਬੀ ਔਨ ਦੀ ਸੇਮ ਨੋ ਆਈ ਐਮ ਨਾਟ ਸੇਇੰਗ ਆ ਰეკਮੈਂਡੇਸ਼ਨ ਇਹਨਾਂ ਦੀ ਹੈ ਆਪਣੀ ਇਹਨਾਂ ਬੀਜ ਆ ਜਿਹੜੀ ਹੈਗੀ ਪੰਜਾਬ ਕਿਉਂਕਿ ਪਾਵਰ ਪੰਜਾਬ ਗਵਰਨਮੈਂਟ ਕੋਲੇ ਹੈ ਠੀਕ ਹੈ ਜੀ ਉਹਨਾਂ
ਪੰਜਾਬ ਗਵਰਨਮੈਂਟ ਗਵਰਨਰ ਸਾਹਿਬ ਦੇ ਜੋ ਰੋਡ ਹੈ, ਪਰ ਮੈਂ ਇੰਨਾ ਕਹਿਣਾ ਚਾਹੁੰਦਾ ਕਿ ਤੁਸੀਂ ਆਹ ਕੰਪੇਅਰ ਨਹੀਂ ਕਰ ਸਕਦੇ। ਆਹ ਲੋਕ ਉਹ ਲੋਕ ਹੈ ਜਿਨ੍ਹਾਂ ਨੇ ਹਿਊਮਨ ਰਾਈਟਸ ਟੂ ਆਪ, ਤੁਸੀਂ ਵਰਦੀ, ਤੁਹਾਨੂੰ ਇੱਕ ਵਰਦੀ ਦਿੱਤੀ ਹੈ, ਤੁਸੀਂ ਕੈਨੋਟ ਯੂਜ਼ ਦੈਟ। ਜੇ ਕਰ ਦਿੱਤਾ ਇੱਥੋਂ ਤੋਂ, ਤੁਸੀਂ ਕਰ ਦਿੱਤਾ ਕਿਸੇ ਨੂੰ ਮਾਰ ਦਿੱਤਾ, ਫਿਰ ਤੁਹਾਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ। ਥੈਂਕ ਯੂ ਸਰ। ਇੱਕ ਰਾਤ ਜਿਹੜਾ ਮੂਲ ਭਾਸ਼ਾ ਰਾਤ ਜਿਹੜਾ